की खेती दा फिकर जा पढ़ाई दा, दो में काम छट किते नहीं हो जाईदा। Hey, it's Robin Barr from Kiwi TV. Today we'll be interviewing Gagan Kokhri on the release of his new single, Asalam. ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਚਾਲ ਨੇ? ਵਧੀਆ ਜੀ, ਠੀਕ ਠਾਕ। ਇਹ ਸਾਡੇ ਪੁਰਾਣੇ ਮਿੱਤਰ ਵੀ ਨੇ ਭਾਜੀ, ਤੇ ਅਸੀਂ ਚੈਰਿਟੀ ਦਾ ਕੰਮ ਕੀਤਾ ਸੀ ਪਹਿਲਾਂ ਰੰਗਲਾ ਪੰਜਾਬ, ਰੱਬਾ ਸਾਨੂੰ ਰੰਗਲਾ ਪੰਜਾਬ ਮੋੜ ਦੇ। ਤੇ ਗਗਨ ਵੀਰ ਕਿੱਦਾਂ, ਗਰਮੀ ਗੁਰਮੀ ਬਹੁਤ ਸੀ ਰਕਸ਼ੇ ਤੇ ਆਏ ਚਲਾ ਕੇ? ਕੋਈ ਹੋਰ ਆਏ ਲੁਧਿਆਣੇ ਤੋਂ ਕਿ ਆਪਣੇ ਮੈਲਬਨ ਤੋਂ ਆਏ ਰਕਸ਼ੇ ਤੇ? ਨਹੀਂ, ਮੈਲਬਨ ਤੋਂ ਆਇਆ ਜੀ, ਪਹਿਲਾਂ ਐਮੀਰੇਟਸ ਏਅਰਲਾਈਨ ਤੇ ਆਇਆ ਜੀ। ਅੱਛਾ। ਉਸ ਤੋਂ ਬਾਅਦ ਫਿਰ ਜਦੋਂ ਮੈਂ ਟਰੰਗੇ ਪਹੁੰਚ ਗਿਆ, ਉਸ ਤੋਂ ਬਾਅਦ ਜਦੋਂ ਮੈਂ ਟਰੰਗੇ ਪਹੁੰਚ ਗਿਆ ਤੇ ਫਿਰ ਮੈਨੂੰ ਜੀ ਰਕਸ਼ੇ ਤੇ ਲੈ ਕੇ ਆਇਆ ਜੀ ਇੰਡੀਆ ਟੂਡੇ ਰੈਸਟੋਰੈਂਟ ਦੇ ਵਿੱਚ। ਚਲਾ ਕੇ ਕੌਣ ਲਿਆ? ਆਪ ਹੀ ਆਏਗੇ? ਇੰਡੀਆ ਟੂਡੇ ਵਾਲੇ ਚਲਾ ਕੇ ਲੈ ਕੇ ਆਏ ਆ ਜੀ। ਹੁਣ ਆਫਕੋਰਸ ਉਹ ਚਲਾ ਕੇ ਲੈ ਕੇ ਆਉਣਗੇ, ਮੈਂ ਥੋੜ੍ਹੀ ਚਲਾਊਂਗਾ ਜੀ। ਅੱਛਾ, ਗਗਨ ਵੀਰ ਅੱਜ ਟਰੰਗੇ ਪਹੁੰਚਿਆ ਹੋਇਆ ਤੇ ਇਹਨਾਂ ਦਾ ਗਾਣਾ ਰਿਲੀਜ਼ ਹੋ ਰਿਹਾ ਅਸਲਾ, ਤੇ ਬਾਕੀ ਦੋ ਤਿੰਨ ਹੋਰ ਵੀ ਚੀਜ਼ਾਂ ਸੁਣਾਈਆਂ ਜਿਹੜੀਆਂ ਬੰਬ ਆ ਰਹੀਆਂ ਨੇ ਅੱਗੇ, ਤੇ ਉਹਨਾਂ ਬਾਰੇ ਵੀ ਥੋੜ੍ਹਾ ਚਾਨਣਾ ਪਾਉਂਗੇ ਕਿ ਹਜੇ ਸੀਕ੍ਰੇਟ ਹੀ ਬਾਈ? ਮੈਂ ਜਿੰਨੇ ਵੀ ਗਾਣੇ ਕਰਦਾ ਜੀ, ਮੈਂ ਬੜੇ ਟਾਈਮ ਲਾ ਕੇ ਕਰਦਾ ਹਾਂ। ਉਹਦਾ ਇੱਕੋ ਇੱਕ ਰੀਜ਼ਨ ਆ ਵੀ ਮੈਂ ਹਰੇਕ ਗਾਣੇ ਨੂੰ ਪਿਆਰ ਕਰਦਾ, ਦਿਲੋਂ ਗਾਉਣਾ ਅਤੇ ਉਹਦੀ ਵੀਡੀਓ ਵੀ ਦਿਲੋਂ ਬਣਾਉਣਾ। ਸੋ ਇਸੇ ਤਰੀਕੇ ਮੇਰੇ ਗਾਣੇ ਆਏ ਆ, ਟਾਈਮ ਲੈ ਕੇ ਆਏ ਆ, ਐਂ ਨਹੀਂ ਵੀ ਮੈਂ ਇੱਕ ਤੋਂ ਬਾਅਦ ਇੱਕ ਗਾਣਾ ਸਿੱਟਿਆ ਮਾਰਕੀਟ ਦੇ ਵਿੱਚ। ਸੋ ਅਸਲਾ ਜੀ, ਹੁਣ ਉਸ ਤੋਂ ਬਾਅਦ ਅਗਲਾ ਗਾਣਾ ਜਿਹੜਾ ਉਹ ਵੀ ਇੱਕ ਕੋਈ ਡਿਫਰੈਂਟ ਚੀਜ਼ ਹੋਊਗੀ ਜਿਹੜੀ ਕਿ ਹੁਣ ਤੱਕ ਨਹੀਂ ਆਈ ਹੋਊਗੀ। ਅਤੇ ਅਸਲਾ ਵੀ ਇੱਕ ਇਹੋ ਜਿਹਾ ਕੌਨਸੈਪਟ ਆ ਵੀ ਜਿਹੜਾ ਦੇਖਣ ਨੂੰ ਅਸਲਾ ਆ, ਲੋਕ ਕਹਿੰਦੇ ਵੀ ਚੱਕ ਲਓ ਧਰ ਲਓ ਹੋਊਗੀ, ਪਰ ਜਦੋਂ ਗਾਣਾ ਸੁਣਦੇ ਆ ਜਾਂ ਜਦੋਂ ਬੇਸਿਕਲੀ ਸਪੈਸ਼ਲੀ ਜਦੋਂ ਵੀਡੀਓ ਦੇਖਦੇ ਆ, ਉਹਦੇ 'ਚ ਥੋੜ੍ਹਾ ਜਿਹਾ ਡਿਫਰੈਂਟ ਚੀਜ਼ਾਂ ਆਪਾਂ ਕੀਤੀਆਂ ਹੋਈਆਂ। ਨਹੀਂ, ਮੈਨੂੰ ਗਗਨਵੀਰ ਨੇ ਵੀਡੀਓ ਦਿਖਾਈ ਸੀ ਕੱਲ੍ਹ, ਅਤੇ ਇੱਕ ਕਾਫੀ ਸੀਕਰੇਟ ਦੀਆਂ ਚੀਜ਼ਾਂ ਜਿਹੜੀਆਂ ਬੰਦਾ ਇਮੇਜਿਨ ਨਹੀਂ ਕਰ ਸਕਦਾ ਐਂਡ 'ਤੇ, ਅਤੇ ਮੈਂ ਤਾਂ ਬੜੀ ਹਿੱਕੀ ਚੋੜੀ ਕਰਕੇ ਬਦਮਾਸ਼ੀ ਹੀ ਦਿਖਾ ਰਿਹਾ ਸੀ ਮੁੱਛਾਂ ਹੀ ਕਰਕੇ, ਪਰ ਬਾਅਦ ਦੇ ਵਿੱਚ ਉਹ ਮੇਰੀ ਮੁੱਛ ਨੀਵੀਂ ਹੋ ਗਈ ਕਿਉਂਕਿ ਇੱਕ ਇਹਨਾਂ ਨੇ ਇੱਦਾਂ ਦੀ ਚੀਜ਼ ਵਰਤੀ ਹੈ ਨਾ। ਅਤੇ ਨਹੀਂ, ਦੇਖੋ ਅਸਲਾ ਇੱਕ ਇਹੋ ਜਿਹੀ ਚੀਜ਼ ਆ ਜੀ ਜਿਹਦਾ ਰੋਬ ਹੋਣਾ ਚਾਹੀਦਾ। ਮੇਰੀ ਥਿੰਕਿੰਗ ਇਹ ਆ ਵੀ ਤੁਹਾਨੂੰ ਗੋਲੀ ਚਲਾਉਣ ਦੀ ਲੋੜ ਨਹੀਂ ਗੀ, ਉਹਦਾ ਰੋਹ ਵੀ ਇੰਨਾ ਹੋਣਾ ਚਾਹੀਦਾ। ਸੋ ਅੱਜ ਕੱਲ੍ਹ ਜਿੰਨਾ ਕੁ ਨਜਾਇਜ਼ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹੈਗੀਆਂ, ਅਸਲਾ ਜਾਂ ਕੁਝ ਵੀ ਆ, ਉਹਨੂੰ ਵਰਤਣ ਦੀ ਲੋੜ ਨਹੀਂ ਗੀ, ਉਹਦੀ ਸਿਰਫ ਮੈਨੂੰ ਲੱਗਦਾ ਵੀ ਦੇਖ ਹੀ ਬਹੁਤ ਹੋਣੀ ਚਾਹੀਦੀ ਹੈ ਜਿਹੜੀ ਕਿ ਉਦੋਂ ਉਲਟ ਹੋਇਆ ਪਿਆ ਆਪਣੇ ਕੰਮ। ਬਾਕੀ ਵਾਹਿਗੁਰੂ ਮਿਹਰ ਕਰੇ ਸਾਰੇ ਪੰਜਾਬ 'ਤੇ ਜੀ। ਹਾਂ, ਬਾਕੀ ਅਸਲਾ ਅਸੀਂ ਗੰਗਾਨਗਰ ਤੋਂ ਭੇਜਦੇ ਹਾਂ, ਪਾਕਿਸਤਾਨ ਬਾਰਡਰ 'ਤੇ ਰਹਿੰਦੇ ਹਾਂ, ਇਸ ਕਰਕੇ ਬਾਈ ਜੀ ਅਸਲੀ ਵੀ ਚਾਹੀਦਾ ਦੱਸ ਦਿਓ ਅਗਲੀ ਵਾਰੀ। ਨਹੀਂ, ਰਾਜਸਥਾਨ ਮੈਂ ਜਾਂਦਾ ਰਹਿੰਦਾ ਜੀ, ਸਪੈਸ਼ਲੀ ਜਿਹੜਾ ਟਰੱਸਟ ਆ ਜੀ ਗੁਰੂ ਪ੍ਰਭ ਆਸਰਾ ਟਰੱਸਟ ਉੱਥੇ ਚੱਲਦਾ ਆ। ਸੋ ਜਿੱਥੇ ਮੈਂ ਆਇਆ ਹੋਇਆ ਇਹਨਾਂ ਦੀ ਬਾਈ ਹੁਣਾਂ ਦੀ ਜਿਹੜੀ ਉੱਥੇ ਬਹੁਤ ਵਧੀਆ ਚੀਜ਼ ਆ ਜਿਹੜੀ ਇਹਨਾਂ ਨੇ ਚਲਾਈ ਹੋਈ ਆ। ਸੋ ਮੈਂ ਉਹਨੂੰ ਆਲਵੇਜ਼ ਸਪੋਰਟ ਕੀਤੀ ਆ ਅਤੇ ਕਰਦਾ ਰਹੂੰਗਾ, ਕਿਉਂਕਿ ਬੇਘਰਾਂ ਨੂੰ ਸਾਂਭਣਾ ਇੱਕ ਬਹੁਤ ਵੱਡੀ ਚੀਜ਼ ਆ। ਸੋ ਇਹ ਬਾਈ ਹੁਣੀ ਉਹ ਚੀਜ਼ ਸਾਂਭਦੇ ਆ। ਸੋ ਤੁਹਾਡੇ ਸਾਰੇ ਨਿਊਜ਼ੀਲੈਂਡ ਨੂੰ ਇਸ ਚੀਜ਼ 'ਤੇ ਮਾਣ ਹੋਣਾ ਚਾਹੀਦਾ ਵੀ ਤੁਹਾਡੇ ਬੰਦਿਆਂ ਨੇ ਉੱਥੇ ਗੁਰੂ ਪ੍ਰਭ ਆਸਰਾ ਟਰੱਸਟ ਚਲਾ ਰਹੇ ਆ ਜੀ ਉੱਥੇ। ਗਗਨ ਵੀਰ, ਤੁਹਾਡੀ ਨਾ ਨਿਊਜ਼ੀਲੈਂਡ ਤੋਂ ਸਪੋਰਟ ਬਹੁਤ ਆ ਪਹਿਲੇ ਦਿਨ, ਸਭ ਤੋਂ ਪਹਿਲਾਂ ਜਦੋਂ ਤੁਸੀਂ ਗਾਣਾ ਕੱਢਿਆ, ਹੁਣ ਵੀ ਬਾਅਦ 'ਚ ਵੀ ਤੁਹਾਨੂੰ ਕਿੰਨੀਆਂ ਕੋਲਾਂ ਆਉਂਦੀਆਂ ਇੱਥੋਂ? ਮੈਨੂੰ ਬਹੁਤ ਫੋਨ ਆਉਂਦੇ ਆ ਬਾਈ, ਆਪਣੇ ਸਾਰੇ ਖੜੇ ਆ, ਅਤੇ ਤੁਸੀਂ ਕਰੋ ਮਾੜਾ ਜਿਹਾ ਇਹਨਾਂ ਨਾਲ ਹੁਣ ਫਿਰ ਫਨਸ਼ਨ ਮਾੜਾ ਜਿਹਾ ਐਂ ਉੱਠ ਕੇ। ਨਿਊਜ਼ੀਲੈਂਡ ਦਾ ਇਹ ਚੱਕਰ ਹੈ ਜੀ, ਮੈਂ ਆਸਟ੍ਰੇਲੀਆ ਰਹਿੰਦਾ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਹੀ ਮੰਨਦੇ ਆ, ਅਤੇ ਨਿਊਜ਼ੀਲੈਂਡ ਵਾਲੇ ਵੀ ਮੈਨੂੰ ਆਪਦਾ ਮੁੰਡਾ ਹੀ ਮੰਨਦੇ ਆ ਵੀ ਇੱਥੋਂ ਹੀ ਆ, ਸਾਡੇ 'ਚੋਂ ਹੀ ਆ ਬਾਈ ਗਿਆ ਹੋਇਆ ਸਟੂਡੈਂਟ, ਉਹੋ ਜਿਹਾ ਹੀ ਚੱਕਰ। ਅਤੇ ਜੇ ਕੋਈ ਬੰਦਾ ਜਿਵੇਂ ਹੁਣ ਮੈਂ ਇੱਥੋਂ ਨਿਊਜ਼ੀਲੈਂਡ ਤੋਂ ਜਾ ਕੇ ਆਸਟ੍ਰੇਲੀਆ ਤੋਂ ਜਾ ਕੇ ਇੰਡਸਟਰੀ ਦੇ ਵਿੱਚ ਕੁਝ ਕੀਤਾ ਆ, ਅਤੇ ਉਹ ਨਿਊਜ਼ੀਲੈਂਡ ਵਾਲੇ ਕਹਿੰਦੇ ਆ ਵੀ ਇਹ ਬਾਈ ਸਾਡੇ ਵਾਲਾ ਹੀ ਕੰਮ ਆ, ਸਟੂਡੈਂਟ ਹੀ ਗਿਆ ਵਾ। ਸੋ ਵਧੀਆ ਜੀ, ਈਵਨ ਆਈ ਲਵ ਆਲ ਦੀ ਗਾਇਜ਼ ਫਰੋਮ ਨਿਊਜ਼ੀਲੈਂਡ, ਜਿਹੜੇ ਵੀ ਸਪੋਰਟਰ ਆ, ਗਾਇਜ਼ ਗਰਲਸ ਜੋ ਵੀ ਆ ਮੇਰੇ ਜਿਹੜੇ ਫੈਨਸ ਆ, ਸੋ ਮੈਂ ਸਾਰਿਆਂ ਨੂੰ ਥੈਂਕ ਯੂ ਕਹਿੰਦਾ ਇੰਨੀ ਸਪੋਰਟ ਕਰਦੇ ਆ। ਮਾਰਚ ਦੇ ਵਿੱਚ ਮੇਰਾ ਸ਼ੋਅ ਆ ਜੀ ਇੱਥੇ, ਅਤੇ ਜ਼ਰੂਰ ਸਾਰਿਆਂ ਨੇ ਆਉਣਾ, ਮੇਰਾ ਅਤੇ ਰਣਜੀਤ ਬਾਵੇ ਦਾ, ਅਤੇ ਹੋਪਫੁਲੀ ਟਰੰਗੇ ਵੀ ਕਰਾਂਗੇ। ਗਗਨਵੀਰ, ਮੈਂ ਨਾ ਜਦੋਂ ਬਾਈ ਆਇਆ ਆਪਣਾ ਇੰਟਰਵਿਊ ਲੈਣ, ਅਤੇ ਕਹਿੰਦਾ ਬਈ ਗਗਨਵੀਰ ਕਾਹਤੇ ਆ ਰਿਹਾ, ਮੈਂ ਕਿਹਾ ਭਰਾਵਾ ਪਤਾ ਨਹੀਂ, ਅਤੇ ਸ਼ੁਕਰ ਆ ਤੁਸੀਂ ਓਡੀ 'ਤੇ ਆ ਗਏ, ਨਹੀਂ ਤਾਂ ਜੁੱਤੀਆਂ ਮਾਰਨੀਆਂ ਮੇਰੇ ਨਾਲ। ਨਹੀਂ, ਚਲੋ ਪੈਦਲ ਲੈ ਆਓ ਭਾਵੇਂ ਜਿੱਥੇ ਮਰਜ਼ੀ ਲਿਓ, ਕਿਉਂਕਿ ਆਪਾਂ ਤਾਂ ਇੱਥੇ ਉਹੀ ਕੰਮ ਵੀ ਉਹੋ ਜਿਹੀ ਕੀਤੇ, ਉਹ ਅੱਜ ਕੱਲ੍ਹ ਕਲਾਕਾਰ ਬਣ ਗਿਆ, ਉਹ ਗੱਲ ਹੋ ਰਿਹਾ, ਭਾਂਡੇ ਭੁੰਡੇ ਮਾਂਜੇ ਹੋਏ, ਸੋ ਇਟਸ ਓਕੇ। ਹਾਂਜੀ ਹਾਂਜੀ, ਇਹਦਾ ਮਤਲਬ ਹੈਲਪ ਕਰੂੰਗੇ ਰੈਸਟੋਰੈਂਟ 'ਚ ਰਾਤ ਨੂੰ ਅੱਜ ਬਾਈ? ਜਦੋਂ ਮਰਜ਼ੀ, ਨੋ ਪ੍ਰੋਬਲਮ, ਪੇ ਵੀ ਕਰਨਾ ਪੈਣਾ $10। ਨਹੀਂ, ਸਾਡਾ ਰੇਟ ਮਿਨੀਮਮ ਕਿੰਨਾ ਬਾਈ ਆਪਣੇ ਇੱਥੇ? $14 ਬਾਈ, $14 ਦੇਵਾਂਗੇ ਟੈਕਸ ਕੱਟ ਕੇ। ਠੀਕ ਹੈ, ਠੀਕ ਹੈ ਜੀ।
ਲੇਕਿਨ ਮੈਂ $10 ਦੇ ਕੰਮ ਕੀਤਾ ਨਾ ਜਦੋਂ ਰੈਸਟੋਰੈਂਟ 'ਚ ਸੀਗਾ, ਤਾਂ ਕਰਕੇ ਮੈਨੂੰ $10 ਹੀ ਲੱਭਦੇ ਆ ਰੈਸਟੋਰੈਂਟ 'ਤੇ। ਪਰ ਜਿਹੜਾ ਹੁਣ ਮੇਰਾ ਰੈਸਟੋਰੈਂਟ ਆ, ਮੈਂ ਬਾਈ $18 ਦਿੰਦਾ ਉੱਤੇ ਆ ਜਿਹੜਾ ਕਿਚਨ ਹੈਂਡ ਆ ਉਹਨੂੰ ਵੀ। ਸੋ ਇਟਸ ਓਕੇ। ਹਾਂਜੀ, ਅਤੇ ਭਾਅ ਜੀ ਸਾਨੂੰ ਫਿਰ ਸੁਣਾਉਂਗੇ ਦੋ ਬੋਲ ਆਪਣੇ ਅਸਲੇ ਦੇ। ਹਾਂਜੀ, ਇੱਕ ਅੰਤਰਾ ਆ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ, ਕਹਿੰਦਾ ਉਹ ਦੁੱਧ 'ਚ ਭਿਉਂ ਕੇ ਬੇਬੇ ਰੱਖਦੀ ਬਦਾਮ, ਖਾ ਕੇ ਤੜਕੇ ਹੀ ਪੱਠਿਆਂ ਨੂੰ ਜਾਈਦਾ, ਹੱਥੀ ਟੋਕਾ ਕਰਕੇ ਅਤੇ ਸੰਨੀਆਂ ਰਲਾ ਕੇ ਤੇਰੇ ਪਿੱਛੇ ਪਿੱਛੇ ਕਾਲਜ ਨੂੰ ਆਈਦਾ। ਉਹ ਹੱਥੀ ਟੋਕਾ ਕਰਕੇ ਅਤੇ ਸੰਨੀਆਂ ਰਲਾ ਕੇ ਤੇਰੇ ਪਿੱਛੇ ਪਿੱਛੇ ਕਾਲਜ ਨੂੰ ਆਈਦਾ। ਉਹ ਨਸ਼ੇ ਪੱਤੇ ਨੂੰ ਨਹੀਂ ਹੱਥ ਲਾਵੇ ਕੋਕਰੀ ਦਾ ਜੱਟ, ਤਾਈਓਂ ਔਖਾ ਬਿੱਲੋ ਗੱਭਰੂ ਨੂੰ ਡੱਕਣਾ, ਸਾਰੇ ਕੰਮ ਜਾਇਜ਼ ਇੱਕ ਅਸਲਾ ਨਜਾਇਜ਼, ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ। ਉਹ ਸਾਰੇ ਕੰਮ ਜਾਇਜ਼ ਇੱਕ ਅਸਲਾ ਨਜਾਇਜ਼, ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ। ਸਾਰੇ ਕੰਮ ਜਾਇਜ਼ ਇੱਕ ਅਸਲਾ ਨਜਾਇਜ਼, ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ। ਸਾਰੇ ਕੰਮ ਜਾਇਜ਼ ਇੱਕ ਅਸਲਾ ਨਜਾਇਜ਼, ਤੇਰੇ ਕਰਕੇ ਰਕਾਨੇ ਪੈਂਦਾ ਰੱਖਣਾ। ਇਹ ਵੀ ਬਾਈ ਅਸਲਾ ਉਸਲਾ ਲੈ ਕੇ ਆਇਆ ਬਈ ਨਾਲ ਮਾੜਾ ਮੋਟਾ? ਨਹੀਂ ਨਹੀਂ ਜੀ, ਅਸਲਾ ਬਾਈ ਦਾ ਨਹੀਂ ਮੁੱਕਣਾ ਆਪਾਂ ਨੂੰ, ਜਿਹੜੇ ਏਰੀਏ 'ਚ ਰਹਿੰਦਾ ਅਸਲਾ ਬਹੁਤ ਹੈ ਇੱਥੇ। ਨਾ ਨਾ, ਬਸ ਬਾਈ ਦੀ ਪੂਰੀ, ਬਾਈ ਦੇ ਇੱਥੇ ਆਏ ਹੋਏ ਹਾਂ ਗਾਣੇ ਕਰਕੇ, ਪ੍ਰਮੋਸ਼ਨ ਕਰਕੇ। ਸੋ ਉਮੀਦ ਆ ਪੂਰੀ ਸਪੋਰਟ ਹੈ ਤੁਹਾਡਾ। ਕੋਈ ਨਵਾਂ ਟਰੈਕ? ਹਾਂਜੀ, ਬਹੁਤ ਜਲਦੀ ਗਾਣਾ ਨਵਾਂ ਲੈ ਕੇ ਆ ਰਹੇ ਹਾਂ ਆਪਾਂ, ਅਤੇ ਵੀਡੀਓ ਬਸ ਆ 4-5 ਦਿਨਾਂ ਵਿੱਚ ਸ਼ੂਟ ਕਰ ਦੇਣੀ ਆਪਾਂ, ਅਤੇ ਫਿਰ ਜਲਦੀ ਜਲਦੀ ਕਰਦੇ ਹਾਂ ਆਪਾਂ ਅਸਲੇ ਤੋਂ ਥੋੜ੍ਹਾ ਹਟ ਕੇ ਹਜੇ ਤੱਕ। ਆ ਬਾਈ ਜਦੋਂ ਚਲਾ ਲਿਆ, ਬਾਈ ਨੇ ਅਸਲਾ ਬਾਈ ਵਾਲਾ ਹੀ ਮੰਗ ਲੈਣਾ ਪਤਾ। ਅਤੇ ਇੱਦਾਂ ਕਰੋ ਨਾ ਫਿਰ ਮਾੜਾ ਜਿਹਾ ਸੁਣਾ ਦੋ ਬੋਲ ਫਿਰ। ਨਹੀਂ, ਬੇਸਿਕਲੀ ਮੈਂ ਇੱਕ ਸੋਰੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਹਾਡੇ ਨਿਊਜ਼ੀਲੈਂਡ ਦਾ ਮੈਂ ਕਹੂੰਗਾ ਵੀ ਇੱਕੋ ਇੱਕ ਕਲਾਕਾਰ ਆ, ਹੈ ਨਾ। ਵੈਸੇ ਮੈਨੂੰ ਨਹੀਂ ਪਤਾ ਹੋਰ ਵੀ ਹੋਣੇ ਆ, ਪਰ ਇਹ ਬੰਦਾ ਇੱਕੋ ਇੱਕ ਕਲਾਕਾਰ ਆ ਜਿਹੜਾ ਇੰਡੀਆ 'ਚ ਚੱਲਦਾ, ਠੀਕ ਆ। ਤੁਹਾਡੇ ਨਿਊਜ਼ੀਲੈਂਡ ਦੇ ਵਿੱਚ ਲੋਕਲ ਬੰਦੇ ਚੱਲੀ ਜਾਂਦੇ ਹੋਣੇ ਆ ਜਿਹੜੇ ਇੱਥੋਂ ਦੇ ਹੋਣੇ ਆ, ਪਰ ਜਿਹੜਾ ਇੰਡੀਆ 'ਚ ਚੱਲਦਾ ਉਹ ਰਾਜ ਆ, ਅਤੇ ਅਸੀਂ ਉੱਥੇ ਵੀ ਮਿਲਦੇ ਹਾਂ। ਅਤੇ ਮੈਂ ਇਸ ਦੇ ਥਰੂ ਇਹੀ ਕਹੂੰਗਾ ਵੀ ਨਿਊਜ਼ੀਲੈਂਡ ਵਾਲੇ ਬਾਈ ਸਪੋਰਟ ਕਰਿਓ, ਕਿਉਂਕਿ ਜਦੋਂ ਆਪਦੇ ਘਰ ਦੀ ਸਪੋਰਟ ਮਿਲਦੀ ਹੈ ਨਾ ਬੰਦੇ ਨੂੰ, ਉਸ ਤੋਂ ਜ਼ਿਆਦਾ ਵਧੀਆ ਕੋਈ ਸਪੋਰਟ ਨਹੀਂ ਹੁੰਦੀ। ਸਾਰੇ ਜਾਣੇ ਸਪੋਰਟ ਕਰਿਓ, ਤੁਹਾਡਾ ਜੇ ਇਹ ਉੱਚਾ ਜਾਊਗਾ ਨਿਊਜ਼ੀਲੈਂਡ ਦਾ ਵੀ ਨਾਂ ਉੱਚਾ ਹੁੰਦਾ, ਕਿਉਂਕਿ ਜਿੱਥੇ ਮੈਂ ਜਾਂਦਾ ਆਸਟ੍ਰੇਲੀਆ ਦਾ ਨਾਂ ਜ਼ਰੂਰ ਲੱਗਦਾ ਹੈ, ਮੈਲਬਰਨ ਦਾ ਨਾਂ ਜ਼ਰੂਰ ਲੱਗਦਾ ਹੈ। ਸੋ ਇੱਥੇ ਬਾਈ ਨੂੰ ਸਪੋਰਟ ਕਰਿਓ, ਮੈਂ ਪੂਰੀ ਖਿੱਚ ਕੇ। ਅਤੇ ਰਾਜਵੀਰ ਰਣਜੋਤ ਵੀਰ ਸੁਣਾਓ ਫਿਰ। ਆ ਵੀਰੇ, ਗਾਣਾ ਮੇਰਾ ਹੋਰ ਆ ਰਿਹਾ, ਪਰ ਮੈਂ ਅਸਲੀ ਦਾ ਗਾਈ ਚੱਲੀ ਹਾਂ, ਅਸਲੀ ਦਾ ਬਾਈ ਨੂੰ ਗਾਣਾ ਸੁਣਾਉਣਾ ਇੱਕ। ਕਹਿੰਦਾ ਹੁਤੋਲੇ ਦੀ ਆ ਚੀਜ਼ ਬਿਲੋ ਜਾਣ ਲੈਂਦੀ ਲੱਖਾਂ ਦੀ, ਪਰਦਾ ਨਹੀਂ ਵੱਟ ਪਾ ਕੇ ਚਰਬੀ ਵੀ ਲੱਖਾਂ ਦੀ। ਤੋਲੇ ਦੀ ਆ ਚੀਜ਼ ਬਿਲੋ ਜਾਣ ਲੈਂਦੀ ਲੱਖਾਂ ਦੀ, ਪਰਦਾ ਨਹੀਂ ਵੱਟ ਪਾ ਕੇ ਚਰਬੀ ਵੀ ਪੱਟਾਂ ਦੀ। ਨਿਕਲੇ ਨਾਲੀ ਚੋ ਜਦੋਂ ਚਾਂਦੀ ਅਰਗੀ, ਢੇਰੀ ਫਿਰ ਉੱਡਦੇ ਹੋਏ ਬਾਜ ਕਰਦੀ। ਉੱਚਾ ਸੁੱਚਾ ਲੁੱਚਾ ਮੂਹਰੇ ਜਿਹੜਾ ਆ ਜਾਵੇ, ਨਾ ਗੋਲੀ ਅੱਲ ਜੀ ਦੀ ਕਿਸੇ ਦਾ ਲਿਹਾਜ਼ ਕਰਦੀ। ਉੱਚਾ ਸੁੱਚਾ ਲੁੱਚਾ ਮੂਹਰੇ ਜਿਹੜਾ ਆ ਜਾਵੇ, ਨਾ ਗੋਲੀ ਅੱਲ ਜੀ ਦੀ ਕਿਸੇ ਦਾ ਲਿਹਾਜ਼ ਕਰਦੀ। But today we have Stefan all the way from Germany, and we're just going to have a little chat about Gagan Kokade's latest single Asla. So what are your thoughts on Asla, the music video, the whole music and the whole concept to it? What did you think of it? Oh, I really like the Punjab music, and the video is great. You know, it kind of makes you want to dance right away, and the music just goes into your body, and you feel it. So yeah, love it. Great. Thank you, Stefan, for your time. ਬੜਾ ਟਾਈਮ ਲੱਗ ਜਾਂਦਾ ਇੱਕ ਗਾਣੇ ਨੂੰ ਬਣਾਉਣ 'ਚ, ਅਤੇ ਜਦੋਂ ਤੁਹਾਡੇ ਲਈ ਐਪਰੀਸੀਏਸ਼ਨ ਮਿਲਦੀ ਆ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ। ਬਾਕੀ ਫਸਟ ਆਫ ਆਲ ਸਾਰਿਆਂ ਦਾ ਆਉਣ ਲਈ ਧੰਨਵਾਦ, ਆਪਦੇ ਨਾਂ 'ਤੇ ਤਾੜੀ ਮਾਰ ਦਿਓ ਯਾਰ ਜਿੰਨੇ ਹੈਗੇ ਹੋ ਬਾਈ। ਥੈਂਕ ਯੂ। ਮੈਂ ਬਾਈ ਐਜ਼ ਏ ਸਿੰਗਰ ਨਹੀਂ ਆਇਆ ਇਸ ਵਾਰ, ਮੈਂ ਐਜ਼ ਏ ਫੈਮਿਲੀ ਮੈਂਬਰ ਆਇਆ, ਹੈ ਨਾ। ਅਤੇ ਬਾਈ ਨੇ ਕਿਹਾ ਸੀ ਇੱਥੇ ਆਉਣਾ, ਅਤੇ ਮੈਂ ਘਰਦਿਆਂ ਵਾਂਗੂ ਆਇਆ, ਘਰਦਿਆਂ ਵਾਂਗੂ ਤੁਹਾਡੇ ਨਾਲ ਬੈਠਣਾ ਸਾਰੇ ਬਾਈਆਂ ਨਾਲ। ਸੋ ਕਿਉਂਕਿ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ। ਮੈਂ ਮਾਰਚ 'ਚ ਆਉਣਾ, ਉਦੋਂ ਸਿੰਗਰ ਬਣ ਕੇ ਆਊਂਗਾ, ਕਿਉਂਕਿ ਉਦੋਂ ਮੇਰਾ ਸ਼ੋਅ ਆ, ਅਤੇ ਬਾਈ ਆਪਾਂ ਉਦੋਂ ਵੀ ਮਿਲਾਂਗੇ। ਸੋ ਬਾਕੀ ਗੱਲ ਕਹਿਣ ਦੀ ਹੈ ਨਾ, ਸਿੰਗਰ ਸੋ ਜਿੰਨੇ ਵੀ ਆਏ ਹੋ ਬਾਈ, ਜ਼ਰੂਰ ਆ ਕੇ ਮਿਲ ਕੇ ਜਾਇਓ, ਕਿਉਂਕਿ ਆਪਣੀ ਕਮਿਊਨਿਟੀ ਇੱਥੇ ਛੋਟੀ ਜਿਹੀ ਕਮਿਊਨਿਟੀ ਆ, ਅਤੇ ਜਿੰਨੇ ਵੀ ਜਾਣੇ ਆਉਂਗੇ
ਅਤੇ ਕਿਉਂਕਿ ਮੈਂ ਵੀ ਤੁਹਾਡੇ ਵਾਂਗੂ ਬਾਹਰ ਰਹਿੰਦਾ ਅਤੇ ਮੈਨੂੰ ਪਤਾ ਆ ਬਈ ਕਿੱਦਾਂ ਸਾਰੀਆਂ ਚੀਜ਼ਾਂ ਚੱਲਦੀਆਂ। ਸੋ ਮੈਂ ਵੀ ਭਾਂਡੇ ਭੁੰਡੇ ਮਾਂਜਿਆ ਚੀਜ਼ਾਂ ਕੀਤੀਆਂ, ਮੈਂ ਕਿਵੀ ਵਾਲੇ ਫਾਰਮ 'ਚ ਜਾ ਕੇ ਆਇਆ ਅੱਜ, ਬਾਈ ਹੁਣੀ ਬੜੀ ਮਿਹਨਤ ਕਰਦੇ ਸੀ। ਸੋ ਚਲੋ ਵਾਹਿਗੁਰੂ ਕਰੇ ਉਹਨਾਂ ਨੂੰ ਤਰੱਕੀ ਦੇਣ। ਬਾਪੂ ਮੇਲਾ ਦਾ ਸਾਰਿਆਂ ਦਾ ਹੀ ਗਾਣਾ ਆਪਣਿਆਂ ਦਾ, ਹੋ ਬਹੁਤ ਕਮਾਇਆ ਬਾਪੂ ਨੇ, ਹੋ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ, ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ, ਨਿਊਜ਼ੀਲੈਂਡ 'ਚ ਪੜਾਇਆ ਬਾਪੂ ਨੇ, ਉਹ ਇੱਥੇ ਹੀ ਪੜਾਇਆ ਬਾਪੂ ਨੇ, ਸਾਰੀ ਜ਼ਿੰਦਗੀ ਹੀ ਫੋੜਿਓ ਨੇ ਹੱਕਿਆ, ਸਾਰੀ ਜ਼ਿੰਦਗੀ ਹੀ ਫੋੜਿਓ ਨੇ ਹੱਕਿਆ, ਉਹ ਨਾ ਹੀ ਥੱਕਿਆ ਉਹ ਮਰ ਮਰ ਕੇ, ਉਹ ਜੱਟ ਓਡੀਆਂ 'ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਫੋੜ ਕਰਕੇ, ਉਹ ਜੱਟ ਓਡੀਆਂ 'ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਫੋੜ ਕਰਕੇ, ਹੁਣ ਪਊ ਮੁਛ ਟੰਡਿਆਂ ਨੂੰ ਡੱਕਣਾ।